ਦਿੱਲੀ ਦੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਤੋਂ ਬਾਅਦ ਪੂਰੇ ਦੇਸ਼ ਵਿੱਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ। ਵੱਖ ਵੱਖ ਥਾਵਾਂ 'ਤੇ ਕਈ ਸਿਆਸੀ ਪਾਰਟੀਆਂ ਦੇ ਸਮਰਥਨ ਨਾਲ ਲੋਕਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਰੋਸ ਵਜੋਂ ਦੇਸ਼ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਭਾਰਤ ਬੰਦ ਦਾ ਕਾਫੀ ਅਸਰ ਵੀ ਵੇਖਣ ਨੂੰ ਮਿਲਿਆ। ਸੜਕਾਂ 'ਤੇ ਉਤਰ ਕੇ ਲੋਕਾਂ ਵੱਲੋਂ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ। ਰਵਿਦਾਸ ਭਾਈਚਾਰੇ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਉਹਨਾਂ ਦੀ ਮੰਗ ਪੂਰੀ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ ਅਤੇ ਫਿਰ 21 ਅਗਸਤ ਨੂੰ ਪੂਰੇ ਦੇਸ਼ ਤੋਂ ਲੋਕਾਂ ਵੱਲੋਂ ਜੰਤਰ ਮੰਤਰ ਪਹੁੰਚ ਕੇ ਪ੍ਰਦਰਸ਼ਨ ਵੀ ਕੀਤਾ ਜਾਏਗਾ। ਗੁਰੂ ਰਵਿਦਾਸ ਜੀ ਮਹਾਰਾਜ ਦਾ ਇੱਕ ਸਥਾਨ ਸੀ ਜਿੱਥੇ ਦਿੱਲੀ ਵਿੱਚ ਜਿੱਥੇ ਪੁਲਿਸ ਨੇ ਉਹਨੂੰ ਡਿਮੋਲਿਸ਼ ਕਰ ਦਿੱਤਾ ਸੁਪਰੀਮ ਕੋਰਟ ਦੇ ਆਰਡਰ ਦੇ ਨੇ। ਅੱਜ ਅਸੀਂ ਐਲ ਜੀ ਸਾਹਿਬ ਨੂੰ ਮਿਲੇ ਹਾਂ, ਸਾਰੀ ਡੈਲੀਗੇਸ਼ਨ ਗਈ ਹੈ ਉਹਨਾਂ ਨੂੰ ਰਿਕੁਐਸਟ ਕਰਨ ਵਾਸਤੇ ਕਿ ਆਹ ਬੜਾ ਸੈਂਸਿਟਿਵ ਇਸ਼ੂ ਹੈ, ਬੜੇ ਪੁਰਾਣਾ ਸਥਾਨ ਜਿਹਦੇ ਬੜੇ ਇਮੋਸ਼ਨਸ ਜੁੜੇ ਆ ਇਸ ਸਥਾਨ ਨਾਲ, ਅਤੇ ਅਸੀਂ ਰਿਕੁਐਸਟ ਕੀਤਾ ਕਿ ਇਹਦੇ ਇਮੀਡੀਏਟਲੀ ਕੋਈ ਸਲੂਸ਼ਨ ਲੱਭਿਆ ਜਾਏ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਐਲ ਜੀ ਸਾਹਿਬ ਨੇ ਬੜਾ ਪੋਜ਼ਿਟਿਵ ਰਿਸਪੋਂਸ ਕਿਹਾ, ਜੀ ਮੈਂ ਕੱਲ੍ਹ ਹੀ ਮੀਟਿੰਗ ਸੱਦਾਂਗਾ ਅਤੇ ਜੋ ਹੱਲ ਹੋ ਸਕਦਾ ਮੈਂ ਕੋਸ਼ਿਸ਼ ਕਰਾਂਗਾ ਹੱਲ ਕਰਨ। ਕਾਂਗਰਸ ਨੂੰ ਮੈਂ ਬੇਨਤੀ ਕਰਨਾ ਚਾਹੀਦਾ ਕਿਉਂਕਿ ਇਹ ਬੜਾ ਇਮੋਸ਼ਨਲ ਇਸ਼ੂ ਹੈ, ਪੋਲੀਟਿਕਸ ਨਹੀਂ ਕਰਨੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਸਲੂਸ਼ਨ। ਇਸ ਲਈ ਜਦੋਂ ਸਾਡੇ ਐੱਮ ਐੱਲ ਏ ਸਾਹਿਬ ਪੰਜਾਬ ਤੋਂ ਆਏ ਅਸੀਂ ਇਮੀਜੀਏਟਲੀ ਗਵਰਨਰ ਸਾਹਿਬ, ਲੈਫਟਨ ਗਵਰਨਰ ਸਾਹਿਬ ਨਾਲ ਅਸੀਂ ਅਪੋਇੰਟਮੈਂਟ ਲਿੱਤੀ ਅਤੇ ਇੱਥੇ ਆਏ ਹਾਂ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਗਵਰਨਰ ਸਾਹਿਬ ਵੀ ਆਪ ਬੜੇ ਪੋਜ਼ਿਟਿਵ ਹੈ ਕਿ ਕੋਈ ਨਾ ਕੋਈ ਹੱਲ ਜ਼ਰੂਰ ਲੱਭਾਂਗੇ। ਕੱਲ੍ਹ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਐੱਲ ਜੀ ਸਾਹਿਬ ਦੀ, ਆਪਣੇ ਅਰਬਨ ਮਿਨਿਸਟਰ ਸਾਹਿਬ ਨਾਲ ਹੋਰ ਮੀਟਿੰਗ ਆਪ ਅਗਲੇ ਕਰਨਗੇ, ਮੀਟਿੰਗ ਕਰਨਗੇ। ਪਰ ਆਹ ਜਿਹੜੇ ਇਸ਼ੂ ਹੈ 2011 ਤੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ, ਇਸ ਕਰਕੇ ਕਾਂਗਰਸ ਨੂੰ ਇਸ ਇਹਦੇ 'ਚ ਅਤੇ ਸਾਰੀ ਪ੍ਰੋਬਲਮ ਹੀ ਉਦੋਂ ਸ਼ੁਰੂ ਹੋਈ ਸੀ ਕਾਂਗਰਸ ਦੇ ਟਾਈਮ 'ਚ ਜਦੋਂ ਇਹਨਾਂ ਦੀ ਕਾਂਗਰਸ ਸਰਕਾਰ ਸੀ। ਇਸ ਕਰਕੇ ਪਰ ਮੈਂ ਇਹਨੂੰ ਪੋਲੀਟਿਸਾਈਜ਼ ਨਹੀਂ ਕਰਨਾ ਚਾਹੁੰਦਾ, ਆਪਾਂ ਨੂੰ ਹੱਲ ਲੱਭਣਾ ਚਾਹੀਦਾ।